ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਹਦੇ ਲਈ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣਗੇ ਔਰ ਬਹੁਤ ਸਾਰੇ ਕੈਂਡੀਡੇਟ ਕਾਫੀ ਟਾਈਮ ਤੋਂ ਵੇਟ ਵੀ ਕਰਦੇ ਨੇ ਸੋ ਇਹ ਜਿਹੜੀਆਂ ਨੇ ਤੁਹਾਡੀਆਂ ਰੈਗੂਲਰ ਭਰਤੀਆਂ ਦੇ ਰਿਲੇਟਿਡ ਹੈ ਜੋ ਕਿ ਗਵਰਨਮੈਂਟ ਦੇ ਵਿੱਚ ਨਿਕਲ ਕੇ ਆ ਚੁੱਕੀਆਂ ਨੇ ਜੋ ਕਿ ਅਲੱਗ-ਅਲੱਗ ਡਿਪਾਰਟਮੈਂਟ ਨੇ ਫੂਡ ਡਿਪਾਰਟਮੈਂਟ ਤੇ ਹੋਰ ਕਈ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਭਰਤੀਆਂ ਨੇ ਆਊ ਕਿਉਂ ਕਿਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਪੂਰਾ ਦੱਸਾਂਗਾ ਸੋ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਿਓ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲਦਾ ਰਹੇਗਾ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸਭ ਤੋਂ ਪਹਿਲਾਂ ਪਾ ਸਕੋਗੇ ਤੇ ਨਾਲ ਦੀ ਨਾਲ ਅਗਰ ਤੁਸੀਂ ਹਲ ਤੱਕ ਸਾਡੀ ਵੈਬਸਾਈਟ ਨੂੰ ਜੋ ਕਿ www.clori.com ਹੈ ਉਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਲਵੋ ਕਿਉਂਕਿ ਉਸ ਦੇ ਵਿੱਚ ਕਾਫੀ ਸਾਰੀਆਂ ਰਿਡ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਤੇ ਤੁਸੀਂ ਉੱਥੋਂ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਚਲੋ ਮੈਂ ਤੁਹਾਨੂੰ ਹੁਣ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਲੇਕਿਨ ਉਸ ਤੋਂ ਪਹਿਲਾਂ ਦੱਸ ਦੇਣਾ ਚੰਨਾ ਅਗਰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਵੀ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਉਹ ਪੀਡੀਐਫ ਰੂਪ ਦੇ ਵਿੱਚ ਹੈ ਤਾਂ ਤੁਸੀਂ ਉਹਨੂੰ ਕੈਰੀ ਕਰਨਾ ਤੇ ਵੀ ਅਗਰ ਬੈਠੇ ਹੋ ਥੋੜਾ ਜਿਹਾ ਵੀ ਟਾਈਮ ਤੁਹਾਨੂੰ ਮਿਲਦਾ ਤਾਂ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਇਹ ਰਿਕਰੂਟਮੈਂਟ ਨੋਟੀਫਿਕੇਸ਼ਨ ਲਈ ਮੇਲ ਤੇ ਫੀਮੇਲ ਦੋਨੋਂ ਹੀ एलिजिबल ने अप्लाई कर सकते हैं नोटिफिकेशन 18 जुलाई 2021 ਨੂੰ ਰਿਲੀਜ਼ ਹੋਇਆ ਹੈ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਜੀ ਆਲਰੇਡੀ ਲਾਸਟ ਡੇਟ ਜਿਹੜੀ ਹੈ ਜੀ 27 ਅਗਸਤ 2021 ਹੈ ਸੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਔਰ ਅਪਲੀਕੇਸ਼ਨ ਮੋਡ ਜਿਹੜਾ ਰਹੇਗਾ ਉਹ ਆਨਲਾਈਨ ਰਹੇਗਾ ਇਹਦੇ ਲਈ ਤੁਸੀਂ ਆਨਲਾਈਨ ਜਿਹੜੀ ਐਪਲੀਕੇਸ਼ਨਸ ਨੇ ਉਹ ਸਬਮਿਟ ਕਰਨੀਆਂ ਹੋਣਗੀਆਂ ਜੋ ਕਿ ਨਾਰਮਲ ਹੁੰਦਾ ਹੈ ਹਰ ਵਾਰ ਦੀ ਤਰ੍ਹਾਂ ਕਿ ਐਪਲੀਕੇਸ਼ਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਹੋਏਗੀ ਰਜਿਸਟ੍ਰੇਸ਼ਨ ਕੰਪਲੀਟ ਕਰ ਲੈਣ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈ ਸਿੰਪਲੀ ਲੌਗਇਨ ਕਰਦੇ ਹੋ ਜਿਸ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੀ ਸਾਰੀ ਡਿਟੇਲ ਫਿਲ ਕਰਨੀ ਹੈ ਉਹਦੇ ਬਾਰੇ ਵਿੱਚ ਜਿੱਦਾਂ ਕਿ ਤੁਹਾਡੀ ਰਿਕੁਆਇਰਡ ਡਿਟੇਲ ਹੁੰਦੀ ਹੈ ਤੁਹਾਡੀ ਪਰਸਨਲ ਡਿਟੇਲ ਤੁਹਾਡੇ ਬਾਕੀ ਸਾਰੇ ਚੀਜ਼ਾਂ ਸਭ ਮੈਂਸ਼ਨ ਕਰ ਦੇਣਾ ਤੁਸੀਂ ਔਰ ਮੈਂਸ਼ਨ ਕਰ ਲੈਣ ਤੋਂ ਬਾਅਦ ਸਬਮਿਟ ਕਰ ਦੇਣਾ ਔਰ ਐਪਲੀਕੇਸ਼ਨ ਫੀ ਜਿਹੜੀ ਹੈ ਤੁਹਾਨੂੰ ਉਹ ਵੀ ਆਨਲਾਈਨ ਪੇ ਕਰਨੀ ਹੋਏਗੀ ਇਹਦੇ ਵਿੱਚ ਮੇਲ ਫੀਮੇਲ ਦੋਨੋਂ ਇਲੀਜੀਬਲ ਨੇ ਨੈਕਸਟ ਅਗਰ ਗੱਲ ਕਰੀਏ ਕਿਹੜੇ ਡਿਪਾਰਟਮੈਂਟ ਦੇ ਵਿੱਚ ਵੈਕੈਂਸੀ ਸਹੀ ਜਿੱਦਾਂ ਮੈਂ ਤੁਹਾਨੂੰ ਕਿਹਾ ਬਹੁਤ ਸਾਰੇ ਡਿਪਾਰਟਮੈਂਟ ਨੇ ਜਿਨ੍ਹਾਂ ਚ ਵੈਕੈਂਸੀਜ਼ ਆਊਟ ਹੋਈਆਂ ਨੇ ਜਿੱਦਾਂ agriculture department administrative department cooperative department prison department transport department ਤੇ police department ਦੇ ਵਿੱਚ ਇਹ ਵੈਕੈਂਸੀਸ ਨੇ ਤੁਸੀਂ ਕਹੋਗੇ ਇੰਨੀਆਂ ਸਾਰੀਆਂ ਵੈਕੈਂਸੀਸ ਕਿੱਦਾਂ ਆਊਟ ਹੋਈਆਂ ਤਾਂ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਿਹਾ ਕਿਹੜੀ ਕਿਹੜੀ ਵੈਕੈਂਸੀਸ ਨੇ ਕਿੱਥੇ ਕਿੱਥੇ ਆਊਟ ਹੋਈਆਂ ਨੇ ਇਹਦੀ ਅੰਦਰ ਜਿਹੜੀਆਂ ਨੇ ਵੈਕੈਂਸੀਸ ਨੇ ਉਹ ਆਊਟ ਹੋਈਆਂ ਨੇ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀ ਐਪਲੀਕੇਸ਼ਨ ਫੀ ਦੀ ਤਾਂ ਜਨਰਲ ਤੇ ਅਦਰ ਸਟੇਟ ਵਾਲੇ ਨੇ 350 ਰੁਪਏ ਪੇ ਕਰਨੇ ਹੋਣਗੇ OBC ਕੈਂਡੀਡੇਟ ਤੇ BC ਕੈਂਡੀਡੇਟ ਨੂੰ 250 SC SCST ਦੇ ਫਿਜ਼ੀਕਲ ਹੈਂਡੀਕੈਪ ਨੂੰ 150 ਰੁਪਏ ਪੇ ਜਿਹੜਾ ਜੀ ਉਹ ਕਰਨਾ ਹੋਏਗਾ ਜੋ ਕਿ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੇ ਆਨਲਾਈਨ ਬੈਂਕਿੰਗ ਦੇ ਦੁਆਰਾ ਕਰ ਸਕਦੇ ਹੋ ਨੈਕਸਟ ਗੱਲ ਕਹ ਦੀ ਏਜ ਲਿਮਿਟ ਦੀ ਇਸ ਦੇ ਸਾਰੇ ਕੈਂਡੀਡੇਟਸ ਦੇ ਲਈ 21 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜੋ ਕਿ ਬਹੁਤ ਹੀ ਵਧੀਆ ਏਜ ਗਰੁੱਪ ਹੈਗਾ ਸੋ ਇਸ ਦੇ ਵਿੱਚ ਜਿਹੜੀਆਂ ਨੇ ਰਾਜਸਥਾਨ ਸਟੇਟ ਸਰਵਿਸ ਐਗਜ਼ਾਮ ਵਿਚ ਜਿਹੜੀਆਂ ਨੇ ਦੋ ਤਰ੍ਹਾਂ ਦੀਆਂ ਦੋ ਤਰ੍ਹਾਂ ਦੇ ਤੋਂ ਨੇੜੇ ਐਗਜ਼ਾਮ ਕੰਡਕਟ ਹੋਣੇ ਨੇ ਇੱਕ ਹੋਣੇ ਰਾਜਸਥਾਨ ਸਟੇਟ ਸਰਵਿਸਿਜ਼ ਦਾਮ ਤੇ ਇੱਕ ਰਾਜਸਥਾਨ ਸਟੇਟ ਸਬੋਡੀਨੇਟ ਸਰਵਿਸਿਜ਼ ਵੱਲੋਂ ਟੋਟਲ ਵੈਕੈਂਸੀਜ਼ 988 ਆਊਟ ਹੋਈਆਂ ਨੇ ਜਿਹਦੇ ਲਈ ਪੰਜਾਬ ਦੇ ਕੈਂਡੀਡੇਟ ਵੀ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਹੁਣ ਤੁਸੀਂ ਕਹੋਗੇ ਇਹ ਵੈਕੈਂਸੀਜ਼ ਲਈ ਅਸੀਂ ਅਪਲਾਈ ਕਰਕੇ ਕੀ ਕਰਾਂਗੇ ਸੋ ਇਸ ਦੇ ਵਿੱਚ ਅਗਰ ਇਹੀ ਵੈਕੈਂਸੀਜ਼ ਪੰਜਾਬ ਦੇ ਵਿੱਚ ਆਊਟ ਹੁੰਦੀਆਂ ਤਾਂ ਸੇਮ ਤਰੀਕਾ ਸੀਗਾ ਤੁਸੀਂ ਉਹਦੇ ਲਈ ਵੀ ਐਗਜ਼ਾਮ ਦੇਣਾ ਸੀ ਇਹਦੇ ਵਿੱਚ ਵੀ ਐਗਜ਼ਾਮ ਹੋਣ ਜਾ ਰਿਹਾ ਸੋ ਤੁਸੀਂ ਇਹਦੇ ਲਈ ਜਿਹੜੀਆਂ ਨੇ ਅਪਲਾਈ ਕਰ ਸਕਦੇ ਹੋ ਫੀਸ ਵੀ ਜਿਹੜੀ ਹੈ ਜੀ ਬਹੁਤ ₹100 अगरਸੀਂ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ ਤੋਂ 2000 2500 ਜਿਹੜੇ ਵੀ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੈ ਸੋ ਇਹਨਾਂ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਬਲੀਵ ਕਰੋ ਸੱਚ ਵਿੱਚ ਅਪਲਾਈ ਕਰਦੇ ਨੇ ਇਹ ਤੁਹਾਡਾ ਚੀਜ਼ ਹੈ ਕਿ ਜਿਹੜੀ ਤੁਸੀਂ ਜਿਹਦੇ ਕਰਕੇ ਅਪਲਾਈ ਨਹੀਂ ਕਰ ਪਾਉਂਦੇ ਹੋ ਮੈਂ ਅਗਰ ਆਪਣੇ ਹੀ ਫਰੈਂਡ ਸਰਕਲ ਦੀ ਗੱਲ ਕਰਾਂ ਤਾਂ ਮੇਰੇ ਹੀ ਫਰੈਂਡ ਸਰਕਲ ਦੇ ਵਿੱਚ ਇੱਕ ਪਟਵਾਰੀ ਕੈਂਡੀਡੇਟ ਸਿਲੈਕਟ ਹੋਇਆ ਜੋ ਕਿ ਰਾਜਸਥਾਨ ਦੇ ਵਿੱਚ ਪੰਜਾਬ ਤੋਂ ਬਿਲੋਂਗ ਕਰਦੇ ਨੇ ਔਰ ਪਟਵਾਰੀ ਸਿਲੈਕਸ਼ਨ ਹੋਈ ਹੈ ਉਹਨਾਂ ਦੀ ਸੋ ਤੁਸੀਂ ਵੀ ਇਹਨਾਂ ਨੂੰ ਕਰੈਕ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਨਾਰਮਲ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ ਪੰਜਾਬ ਦੇ ਵਾਸਤੇ ਸੇਮ ਪੜ੍ਹਾਈ ਜਿਹੜੀ ਤੁਹਾਨੂੰ ਯੂਜ਼ ਹੋਏਗੀ ਅਸੀਂ ਨਾਰਮਲ ਹਿੰਦੀ ਪੜ੍ਹਦੇ ਆ ਨਾਰਮਮਲ ਪੰਜਾਬੀ ਪੜ੍ਹਦੇ ਇੰਗਲਿਸ਼ ਪੜ੍ਹਦੇ ਆਪਣੀ ਐਜੂਕੇਸ਼ਨ ਦੇ ਵਿੱਚ ਤਾਂ ਤੁਸੀਂ ਅਪਲਾਈ ਕਿਉਂ ਨਹੀਂ ਕਰ ਸਕਦੇ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੈ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਪਹਿਲਾਂ ਪ੍ਰੀ ਹੋਣਗੇ ਫਿਰ ਮੇਨਸ ਹੋਣਗੇ ਔਰ ਲਾਸਟ ਵਿੱਚ ਤੁਹਾਡੀ ਇੰਟਰਵਿਊ ਜਿਹੜੀ ਹੈ ਜੀ ਉਹ ਹੋਣ ਜਾ ਰਹੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਚਲਿਜੀਬਿਲਿਟੀ ਦੀ ਜੌਬ ਲੋਕੇਸ਼ਨ ਰਾਜਸਥਾਨ ਹੀ ਰਹੇਗੀ ਇਹਦੇ ਲਈ ਤੁਸੀਂ ਜਿਹੜਾ ਨੋਟੀਫਿਕੇਸ਼ਨ ਪੀਡੀਐਫ ਇੱਥੋਂ ਡਾਊਨਲੋਡ ਕਰਕੇ ਇੱਕ ਵਾਰੀ ਖੁਦ ਰੀਡ ਆਊਟ ਕਰਨਾ ਹੈ ਔਰ ਅਪਲਾਈ ਕਰਨ ਦੇ ਲਈ ਲਿੰਕ ਵੀ ਡਾਇਰੈਕਟ ਮੈਂ ਤੁਹਾਨੂੰ ਦੇ ਦਿੱਤਾ ਹੈ ਜੀ ਨੋਟੀਫਿਕੇਸ਼ਨ ਨੂੰ ਜ਼ਰੂਰੀ ਰਿਡਾਊਟ ਕਰਨ ਤੋਂ ਬਾਅਦ ਹੀ ਇਹਦੇ ਲਈ ਅਪਲਾਈ ਕਰਨਾ ਤੁਸੀਂ ਕਿਉਂਕਿ ਮੈਂ ਤੁਹਾਨੂੰ ਉਹੀ ਨੋਟੀਫਿਕੇਸ਼ਨ ਦਿੰਨਾ ਹੈ ਜਿਸ ਦੇ ਲਈ ਪੰਜਾਬ ਦੇ ਕੈਂਡੀਡੇਟ ਇਹ ਅਪਲਾਈ ਕਰ ਸਕਦੇ ਨੇ ਤਾਂ ਇਹ ਇੱਕ 올 ਇੰਡੀਆ ਨੋਟੀਫਿਕੇਸ਼ਨ ਹੈ ਜਿਹਦੇ ਲਈ ਸਾਰੇ ਹੀ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਅਪਲਾਈ ਕਰ ਸਕਦੇ ਨੇ ਸੋ ਤੁਸੀਂ ਵੀ ਇਹਦੇ ਲਈ ਅਪਲਾਈ ਕਰੋ ਮੈਂ ਨਹੀਂ ਤਾਂ ਤੁਹਾਨੂੰ ਕੋਈ ਵੀ ਇਦਾਂ ਦਾ ਨੋਟੀਫਿਕੇਸ਼ਨ ਨਹੀਂ ਦੱਸਦਾ ਜਿਸ ਦੇ ਲਈ ਤੁਸੀਂ ਐਲੀਜੀਬਲ ਨਹੀਂ ਹੋ ਸੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੀ ਜੋ ਕਿ ਰਾਜਸਥਾਨ ਆਰਪੀਐਸਸੀ ਵੱਲੋਂ ਕੀਤਾ ਗਿਆ ਹੈ ਠੀਕ ਹੈ ਜੀ ਰਾਜਸਥਾਨ ਪਾਵਰ ਸਰਵਿਸ ਸਿਲੈਕਸ਼ਨ ਵੱਲੋਂ ਤਾਂ ਇਹਦੇ ਲਈ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਤੁਹਾਨੂੰ ਡਾਊ ਜ਼ਰੂਰ ਕਰਾਂਗੇ ਤੇ ਨਵੇਂ-ਨਵੇਂ ਨੋਟੀਫਿਕੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਰੱਖਣਾ ਤੇ ਮੈਂ ਤੁਹਾਡੇ ਲਈ ਨਵੇਂ-ਨਵੇਂ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਠੀਕ ਹੈ ਜੀ ਸਾਨੂੰ ਕਮੈਂਟ ਬਾਕਸ ਆਪ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡਾ ਫੀਡਬੈਕ ਬਹੁਤ ਵੈਲਿਊਏਬਲ ਹੁੰਦਾ ਸਾਡੇ ਲਈ ਸੋ ਇੰਪਰੂਵ ਇੰਪਰੂਵ ਕਰਨ ਦੇ ਵਿੱਚ ਕਾਫੀ ਫਾਇਦੇਮੰਦ ਹੁੰਦਾ ਸੋ ਮੈਂ ਤੁਹਾਡੇ ਲਈ ਨਵੇਂ-ਨਵੇਂ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਮਿਲਾਂਗਾ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ